ਵੱਡੀ ਖਬਰ ਇਹ ਹੈ ਸੂ ਕਿ ਭਗਵੰਤ ਮਾਨ ਹੋਰਾਂ ਨੂੰ ਨਾ ਉਹ ਇੱਕ ਲਾਭ ਹੀਰੇ ਦੀ ਕੈਸਟ ਸੀ ਨਾ ਵੇ ਸੱਜਣਾ ਨਾ ਕਿਉਂ ਹੋਰ ਸਤਾਉਣਾ ਹੈ ਤੂੰ ਆਹ ਗੱਲਾਂ ਕਰ ਕਰਕੇ ਮੇਰਾ ਖੂਨ ਮਚਾਉਣਾ ਹੈ ਤੂੰ ਹੈ ਨਾ ਦਿਲ ਪੁੱਛੇ ਆ ਲੋੜੀ ਦਾ ਵੇ ਮੈਂ ਕਿੱਦਾਂ ਹੱਸਦੀ ਹਾਂ। ਗੱਲ ਇਹ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਇਹ ਵੱਡੀ ਖਬਰ ਆਈ ਆ ਕਿ ਮਾਨ ਸਾਹਿਬ ਨੂੰ ਜਿਹੜਾ ਵਿਦੇਸ਼ ਮੰਤਰਾਲਾ ਉਹਨੇ ਕਹਿ ਦਿੱਤਾ ਨਾ ਵੇ ਸੱਜਣਾ ਨਾ ਅਸੀਂ ਤੈਨੂੰ ਬਾਹਰ ਨਹੀਂ ਜਾਣਾ। ਮਾਨ ਸਾਹਿਬ ਕਹਿੰਦੇ ਵੀ ਗੱਲ ਅੜ ਗਈ ਆ, ਜੇ ਮੈਂ ਜਾਂਦਾ ਕੁਆਟਰ ਫਾਈਨਲ ਵੇਖਣ ਹੱਲਾ ਸ਼ੇਰੀ ਮੇਰੀ ਬੱਬਰ ਸ਼ੇਰਾ ਨੂੰ ਹੋਏਗੀ ਤੇ ਅਸੀਂ ਉੱਥੋਂ ਹਾਕੀ ਵਾਲਾ ਤਗਮਾ ਜਿੱਤਣਾ। ਮੈਂ ਇਹਦੇ ਤੇ ਕੱਲੀ ਗੱਲ ਕਹਿ ਦਿੱਤੀ ਆਪਣਾ ਸਟਾਂਸ, ਮਤਲਬ ਕਿ ਇਹ ਨਹੀਂ ਹੈ ਕਿ ਇੱਕੋ ਹੀ ਰਹਿੰਦਾ, ਜੇ ਮੈਂ ਗਲਤ ਹਾਂ ਕਿਸੇ ਰੋਜ਼ ਮੈਂ ਗਲਤ ਲੱਗਦਾ ਸਾਬਤ ਹੁੰਦਾ ਤਾਂ ਮੈਂ ਬਿਲਕੁਲ ਆਪਣੇ ਆਪ ਨੂੰ ਕਹਿੰਦਾ ਕਿ ਹਾਂ ਯਾਰ ਉਸ ਦਿਨ ਮੈਂ ਗਲਤ ਸੀਗਾ ਤੇ ਮੈਂ ਆਪਣੇ ਆਪ 'ਚ ਵੀ ਇਹ ਚੀਜ਼ ਮੰਨਦਾ ਹੁੰਦਾ। ਪਰ ਹੁਣ ਦੇਖੋ ਪੰਜਾਬੀ ਵਾਲਾ ਮੀਡੀਆ, ਉਹ ਇੱਕ ਮੈਂ ਸਾਡੇ ਦੋਸਤ ਹੀ ਹੈ ਉਹਨਾਂ ਦਾ, ਪੰਜਾਬੀਆਂ ਨੂੰ ਇਹ ਦੂਜੇ ਦਰਜੇ ਦੇ ਸ਼ਹਿਰੀ ਸਮਝਦੇ ਆ ਫਲਾਂ ਟਮਕਾਂ, ਵਿਚਲੀ ਗੱਲ 'ਤੇ ਸੁਣੋ। ਹੁਣੇ ਮੈਂ ਇੰਡੀਅਨ ਐਕਸਪ੍ਰੈਸ, ਨਿਊ ਇੰਡੀਅਨ ਐਕਸਪ੍ਰੈਸ, HT, ਬਿਜ਼ਨਸ ਸਟੈਂਡਰਡਸ, ਟਾਈਮਸ ਨਾਓ, ਰੈਡਿਫ, ਆਹ ਮੇਰੇ ਕੋਲ ਲੈਪਟੋਪ ਪਿਆ ਵਾ, ਹੁਣ ਕੈਮਰਾ ਉੱਧਰ ਨੂੰ ਕਰਨਾ ਨਹੀਂ ਮੈਂ, ਨਹੀਂ ਤਾਂ ਤੁਹਾਨੂੰ ਦਿਖਾ ਦੇਵਾਂ। ਇੰਨੇ ਅੰਗਰੇਜ਼ੀ ਆ ਕਿਉਂਕਿ ਇੱਥੇ ਯਾਰ ਮਤਲਬ ਕਿ ਆਹ ਜਿਹੜੇ ਆਪਣੇ ਆ ਨਾ ਜਿਹੜੇ ਤੁਸੀਂ ਆ ਖਬਰਾਂ ਦੇ ਲਿੰਕ ਲੁੰਕ ਚੱਕਦੇ ਹੋ, ਠੀਕ ਹੈ, ਇਹ ਗਾਂ ਉੱਥੋਂ ਚੱਕਦੇ ਨੇ, ਜਿਵੇਂ ਇਹ ਸਾਰੀ ਖਬਰ ਜਿਹੜੀ ਆ PTI ਦੀ ਆ, ਠੀਕ ਹੈ। ਮੈਂ ਤੁਹਾਨੂੰ ਲਿਜਾਣਾ ਨਾ ਜੜ ਤੱਕ ਲੈ ਕੇ ਜਾਣਾ ਹੁੰਦਾ ਵੀ ਯਾਰ ਮੇਰੀ ਆਡੀਅੰਸ ਨੂੰ ਨਾ ਜੜ ਦੀ ਇੱਕ ਤਰ੍ਹਾਂ ਨਾਲ ਜਾਣਕਾਰੀ ਹੋਵੇ ਕਿ ਗੱਲ ਕੀ ਹੈ ਯਾਰ। ਗਹਿਣੇ ਵੇਖ ਕੇ ਕਹਿਤਾ ਮੈਂ ਸੌਖੀ ਵਾਸਤੇ ਕਰਦੇ ਹਾਂ, ਗਾਣਿਆਂ 'ਤੇ ਆਉਂਦੇ ਹਾਂ, ਗਾਣੇ ਵਾਧੂ ਜਿੰਨੇ ਕਹੋਗੇ, ਪਰ ਖਬਰ 'ਤੇ ਗੱਲ ਕਰੀਏ, ਪਲੀਜ਼ ਪੰਜ ਮਿੰਟ ਦੇ ਦਿਓ, 5 ਮਿੰਟ ਮੰਗਦਾ ਮੈਂ ਤੁਹਾਡੇ। ਤਾਂ ਹੁਣ ਮੈਂ ਤੁਹਾਨੂੰ ਜੜ ਦੀ ਜਾਣਕਾਰੀ ਦਿੰਦਾ ਕਿ ਇਹੀ ਚੀਜ਼ ਆ, ਇਹੀ ਫਰਕ ਆ। ਮੇਰੀ ਆਡੀਅੰਸ ਨੂੰ ਮੇਰਾ ਮੰਨਣਾ ਹੈ ਕਿ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਹੈ, ਜੜ ਤੱਕ ਜਾਂਦੇ ਹਾਂ ਆਪਾਂ। ਗੱਲ ਕੀ ਹੈ ਕਿ ਇੱਥੋਂ ਵਾਲੇ ਮਾਰਦੇ ਆ ਤੁੱਕੇ, ਆਹ ਹੋ ਗਿਆ ਜੀ, ਉਹ ਹੋ ਗਿਆ, ਉਹ ਹੋ ਗਿਆ, ਆਹ ਹੋ ਗਿਆ। ਦਰਅਸਲ ਹੁਣ ਦੇਖੋ PTI ਜਿਹੜੀ ਹੈ ਪ੍ਰੈਸ ਟਰੱਸਟ ਆਫ ਇੰਡੀਆ, ਪ੍ਰੈਸ ਟਰੱਸਟ ਆਫ ਇੰਡੀਆ ਮਤਲਬ ਕਿ ਜਿਵੇਂ ਚਾਈਨਾ ਦਾ ਗਲੋਬਲ ਟਾਈਮਸ ਹੈ ਨਾ, ਮਾਊਥਪੀਸ ਹੈ ਇੰਡੀਅਨ ਗੌਰਮੈਂਟ ਦਾ। ਜਦੋਂ ਵੀ ਇੰਡੀਅਨ ਗੌਰਮੈਂਟ ਨੇ ਕੋਈ ਖਬਰ ਬਾਹਰ ਕੱਢਣੀ ਹੁੰਦੀ ਹੈ, ਕਿਉਂਕਿ ਭਗਵੰਤ ਮਾਨ ਬਹੁਤ ਬਹੁਤ ਚਲਾਕੀ ਵਰਤਣ ਵਾਲਾ ਚੀਫ ਮਿਨਿਸਟਰ ਆ, ਤੁਹਾਨੂੰ ਪਤਾ ਹੈ ਨਾ ਕਿ ਭਗਵੰਤ ਮਾਨ ਔਨ ਦਾ ਰਿਕਾਰਡ ਕਈ ਵਾਰ ਝੂਠੇ ਪੈ ਚੁੱਕੇ ਆ, BMW ਵਾਲੇ ਮਾਮਲੇ 'ਚ, ਜਰਮਨ ਗਏ ਸਨ ਅਤੇ ਕੀ ਹੋ ਗਿਆ ਸੀ, ਕਾਂਡ ਹੋ ਗਿਆ ਸੀ ਨਾ ਉੱਥੇ, ਤੁਹਾਨੂੰ ਪਤਾ ਹੀ ਆ। ਹੁਣ ਬਹੁਤੀ ਗੱਲ ਨਹੀਂ ਕਰਨੀ ਆਪਾਂ ਕਿਉਂਕਿ ਬਹੁਤ ਗੱਲਾਂ ਹੋ ਚੁੱਕੀਆਂ ਨੇ। ਜਹਾਜ਼ ਚੜ੍ਹਨਾ ਸੀਗਾ, ਉਸ ਤੋਂ ਪਹਿਲਾਂ ਕੀ ਹੋ ਗਿਆ ਸੀਗਾ, ਤੋ ਕਹਿਣ ਦਾ ਮਤਲਬ ਇਹ ਆ ਕਿ ਗੋਲਡੀ ਬਰਾੜ ਨੂੰ ਫੜਨ ਦਾ ਦਾਵਾ, BMW ਕਿੰਨੇ ਮੌਕਿਆਂ 'ਤੇ ਇਹ, ਵੈਸੇ ਆਪਾਂ ਕਿੰਨੇ ਝੂਠ ਫੜੇ ਇਹਨਾਂ ਦੇ, ਤੁਹਾਨੂੰ ਪਤਾ ਨਾ ਆਪਾਂ ਕਿੰਨੇ ਝੂਠ ਫੜੇ ਹੋਏ ਆ ਮਾਨ ਸਾਹਿਬ ਦੇ। ਗੱਲ ਇਹ ਹੈ ਕਿ ਭਗਵੰਤ ਮਾਨ ਹੋਰੀ ਅਚਾਨਕ ਟ੍ਰਿਬਿਊਨ ਨੂੰ ਇੱਕ ਸਟੇਟਮੈਂਟ ਦਿੰਦੇ ਆ ਅਚਾਨਕ ਕਿ ਜੀ ਮੈਂ ਉੱਥੇ ਜਾਣਾ ਚਾਹੁੰਦਾ। ਅੱਛਾ ਉਹ ਕਿੱਦਣ ਖਬਰ ਲੱਗਦੀ ਹੈ, ਕੱਲ੍ਹ ਖਬਰ ਲੱਗ ਜਾਂਦੀ ਹੈ, ਕੱਲ੍ਹ ਸਵੇਰ ਦੇ ਟਾਈਮ ਉਹ ਖਬਰ ਪੜੀ ਹੈ। ਹੁਣ ਮੈਂ ਮੇਰਾ ਕਹਿਣ ਦਾ ਮਤਲਬ ਹੈ ਕਿ ਦੇਖੋ ਕਿੱਦਾਂ ਹੁੰਦੀਆਂ ਨੇ ਖਬਰਾਂ, ਟ੍ਰਿਬਿਊਨ ਨੂੰ CMO ਚੋਂ ਕਹਿ ਲਓ ਕਿ ਸਟੇਟਮੈਂਟ ਜਾਂਦੀ ਹੈ ਕਿ ਸਾਡੀ ਆਹ ਸਟੇਟਮੈਂਟ ਲਾ ਦਿਓ। ਇਹ ਭਗਵੰਤ ਮਾਨ ਹੋਰਾਂ ਨੇ ਟੈਲੀਫੋਨ ਨਹੀਂ ਕੀਤਾ,
ਇਹ ਸੀਐਮਓ ਚੋਂ ਗਿਆ ਕਿ ਬਾਈ ਆ ਸਾਡੀ ਖਬਰ ਛਾਪਿਓ, ਸਾਡੀ ਖਬਰ ਕੀ ਕਿ ਮੁੱਖ ਮੰਤਰੀ ਉੱਥੇ ਜਾਣਾ ਚਾਹੁੰਦੇ ਆ ਜੀ, ਹਾਲੇ ਤੱਕ ਮਨਜ਼ੂਰੀ ਨਹੀਂ ਮਿਲੀ। ਠੀਕ ਹੋ ਗਿਆ, ਚਲੋ ਹੁਣ ਇਹ ਕਹਿੰਦੇ ਕਿ ਜੀ ਸਾਨੂੰ ਉਹਨਾਂ ਨੇ ਡਿਨਾਈ ਕਰ ਦਿੱਤਾ, ਇਹ ਧੱਕਾ ਕਰ ਰਹੇ ਮੋਦੀ ਹੋਰੀ, ਇਹ ਹੈ ਵੋ ਹੈ ਜੋ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਸੀ ਕੱਲ੍ਹ ਕਿ ਬਾਈ US, ਕਨੇਡਾ, ਇੰਗਲੈਂਡ, ਆਸਟ੍ਰੇਲੀਆ, ਚਾਰੇ ਮੁਲਕ ਜਿਹੜੇ ਮਾਨ ਸਾਹਿਬ ਗਾਉਂਦੇ ਹੁੰਦੇ ਸੀਗੇ ਹੁਣ ਉੱਥੇ ਵੜਨ ਜੋਗੇ ਨੇ। ਉੱਥੇ ਚਾਹੇ ਭਰੋ ਖਾਲਿਸਤਾਨੀ ਹੋਣ, ਚਾਹੇ ਇਹਨਾਂ ਦੇ ਪੁਰਾਣੇ ਸਾਥੀ ਹੋਣ, ਉਹਨਾਂ ਸਾਰਿਆਂ ਨੇ ਇਹਨਾਂ ਨੂੰ ਘੇਰਨਾ। ਅਤੇ ਮੈਡਮ ਗੁਰਪ੍ਰੀਤ ਕੌਰ ਨੂੰ ਇਹ ਕਿਤੇ ਵੀ ਲੈ ਕੇ ਨਹੀਂ ਗਏ, ਜਦੋਂ ਦੀ ਸ਼ਾਦੀ ਹੋਈ ਹੈ, ਬੱਚਾ ਵੀ ਹੋ ਗਿਆ। ਦੁਆ ਕਰਦੇ ਹਾਂ ਸਾਰੇ ਸਹੀ ਸਲਾਮਤ ਰਹਿਣ, ਸਦਾ ਰਹਿਣ, ਦੁਆ। ਅੱਛਾ, ਘੁੰਮਣ ਘੁਮਾਉਣ ਦਾ ਮੌਕਾ, ਯੂਰਪ ਨੂੰ ਜਾਓ ਓਲੰਪਿਕ ਦਾ ਬਹਾਨਾ, ਠੀਕ ਹੈ, ਸੋ ਖਿੱਚ ਦਿਓ ਕੰਮ। ਲਓ ਜੀ, ਅੱਛਾ ਜੇ ਹਾਕੀ ਨੂੰ ਹੱਲਾਸ਼ੇਰੀ ਦੇਣੀ ਹੁੰਦੀ ਤਾਂ ਇਹ ਕਹਿੰਦੇ ਆ ਕਿ ਜੀ ਮੈਂ ਪਹਿਲੇ ਮੈਚ ਤੋਂ ਬਾਅਦ ਅਪਲਾਈ ਕਰ ਦਿੱਤਾ, ਇਹਨਾਂ ਕੋਲ ਹੈ ਰੈੱਡ ਪਾਸਪੋਰਟ, ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਨਾ ਡਿਪਲੋਮੈਟਿਕ ਪਾਸਪੋਰਟ ਹੋਲਡਰ, ਉਹਨਾਂ ਦਾ ਰੈੱਡ ਪਾਸਪੋਰਟ ਹੁੰਦਾ ਹੈ, ਠੀਕ ਹੈ ਜੀ। ਇਹ ਜਿਹੜੇ ਪਾਸਪੋਰਟ ਹੋਲਡਰ ਹੁੰਦੇ ਆ ਇਹਨਾਂ ਨੂੰ ਵਿਦੇਸ਼ ਮੰਤਰਾਲੇ ਤੋਂ ਕਲੀਅਰੈਂਸ ਲੈਣ ਦੀ ਜ਼ਰੂਰਤ ਹੁੰਦੀ ਹੈ। ਇਹ ਕਹਿੰਦੇ ਜੀ ਮੈਂ ਪਹਿਲੇ ਮੈਚ ਤੋਂ ਬਾਅਦ ਅਪਲਾਈ ਕੀਤਾ ਸੀਗਾ, ਠੀਕ ਹੈ ਜੀ। ਪਹਿਲਾ ਮੈਚ ਇੰਡੀਆ ਦਾ ਸੀਗਾ 27 ਜੁਲਾਈ ਨੂੰ, ਅਤੇ ਕੀ ਗੱਲ ਆ ਹੱਲਾਸ਼ੇਰੀ ਦੀ ਤੁਹਾਨੂੰ ਬਈ ਯਾਦ ਪਹਿਲਾਂ ਨਹੀਂ ਆਈ, ਤੁਹਾਨੂੰ ਤਾਂ ਫਿਰ ਇਹ ਚਾਹੀਦਾ ਸੀਗਾ ਕਿ ਕਿਉਂਕਿ ਓਲੰਪਿਕ ਦਾ ਸ਼ਡਿਊਲ ਤਾਂ ਕਈ ਹਫ਼ਤੇ ਕਈ ਮਹੀਨੇ ਪਹਿਲਾਂ ਹੀ ਤਿਆਰ ਹੋ ਜਾਂਦਾ, ਜਦੋਂ ਕੁਆਲੀਫਾਇਰ ਰਾਊਂਡ ਖਤਮ ਹੋ ਜਾਂਦਾ ਨਾ ਸੂਰ, ਸਾਨੂੰ ਇਕੱਲੀ ਇਕੱਲੀ ਗੱਲ ਦਾ ਪਤਾ ਹੈ। ਇਹ ਇਸੇ ਤਰ੍ਹਾਂ ਹੀ ਮੂਰਖ ਬਣਾਉਂਦੇ ਆ ਲੋਕਾਂ ਨੂੰ, ਜਜ਼ਬਾਤੀ ਬਣਾਉਂਦੇ, ਕਈ ਕਈ ਜਾਂਦੇ ਪੰਜਾਬੀ ਇੱਦਾਂ ਜੀ ਉੱਦਾਂ ਪੰਜਾਬ ਨਾਲ ਧੱਕਾ। ਮੈਂ ਦੱਸਦਾ ਤੁਹਾਨੂੰ ਹੁਣ ਗੱਲ ਕੀ ਹੋ ਰਹੀ ਹੈ। ਇਹ ਕਹਿੰਦੇ ਜੀ ਕਿ ਮੈਂ ਪਹਿਲੇ ਮੈਚ ਤੋਂ ਬਾਅਦ ਸੂਚਨਾ ਦੇ ਦਿੱਤੀ ਕਿ ਕਲੀਅਰੈਂਸ ਦੇ ਦਿਓ ਜੀ, ਮੈਂ ਜਾਣਾ, ਸਾਡੇ 10 ਮੁੰਡੇ ਖੇਡ ਰਹੇ, ਬਿਲਕੁਲ ਦਰੁਸਤ ਹੈ। ਹੁਣ ਤੁਸੀਂ ਆ ਗਏ 10 'ਤੇ, ਟ੍ਰਿਬਿਊਨ ਨੇ ਕੀ ਛਾਪਿਆ ਸੀ ਕਿ 22 'ਚੋਂ ਸਾਡੇ 19 ਹੈ ਜੀ ਹਾਕੀ 'ਚ, ਅਤੇ ਮੈਂ ਕਿਹਾ ਸੀ ਸਕੁਐਡ 22 ਦਾ ਤਾਂ ਸਕੁਐਡ ਹੀ ਹੈ ਨਹੀਂ ਗਾ, ਐਵੇਂ ਤੁਸੀਂ ਮਤਲਬ ਕਿ ਮਾਰੀ ਜਾਂਦੇ ਹੋ ਅੱਠੇ। ਅਤੇ ਫਿਰ ਜੇ ਇਸ ਤਰ੍ਹਾਂ ਹੱਲਾਸ਼ੇਰੀ ਵਾਸਤੇ ਤਾਂ ਉੜੀਸਾ ਨੂੰ ਭੇਜਣਾ ਚਾਹੀਦਾ ਹੈ, ਜਿਹੜੇ ਸਾਲ ਦਾ ਸਪੋਂਸਰਸ਼ਿਪ ਦਾ, ਸਾਲ ਦਾ ਸਪੋਂਸਰਸ਼ਿਪ ਦਾ 100-125 ਕਰੋੜ ਰੁਪਈਆ ਦਿੰਦੇ ਹੋਣਗੇ, ਫਿਰ ਉਹਨਾਂ ਨੂੰ ਕਿਉਂ ਨਹੀਂ? ਹੱਲਾਸ਼ੇਰੀ ਤਾਂ ਉਹਨਾਂ ਦੀ ਆ ਸਭ ਤੋਂ ਜ਼ਿਆਦਾ, ਤੁਹਾਡੀ ਹੱਲਾਸ਼ੇਰੀ ਗੱਲਾਂ ਦੀ ਆ, ਬੋਲੋ ਬੋਲੋ ਚੱਕ ਦਿਓ, ਫੂਕ ਦੇਣ ਵਾਲੀ ਹੱਲਾਸ਼ੇਰੀ ਆ। ਅਗਲੇ ਪੈਸਾ ਦਿੰਦੇ ਆ ਜਿਨ੍ਹਾਂ ਨੇ ਹਾਕੀ, ਇੰਡੀਆ ਦੀ ਹਾਕੀ ਜ਼ਮੀਨ ਦੇ ਅੰਦਰ ਨੱਪੀ ਪਈ ਸੀ, ਖੂਹ 'ਚ ਡਿੱਗੀ ਪਈ ਸੀ, ਖੂਹ 'ਚੋਂ ਕੱਢ ਕੇ ਅਸਮਾਨ 'ਤੇ ਪਹੁੰਚਾਈ ਆ ਉੜੀਸਾ ਵਾਲਿਆਂ ਨੇ, ਨਵੀਨ ਪਟਨਾਇਕ ਨੇ। ਨਵੀਨ ਪਟਨਾਇਕ ਦੇ ਜਾਣ ਤੋਂ ਬਾਅਦ ਪਤਾ ਨਹੀਂ ਉਹ ਸਪੋਂਸਰਸ਼ਿਪ ਰਹਿ ਗਈ ਕਿ ਨਹੀਂ, ਉਹਨਾਂ ਨੇ ਬਲਿਆਰ ਜਾਈਏ ਉਹਨਾਂ ਦੇ, ਐਵੇਂ ਨਹੀਂ ਉੜੀਸਾ ਲਿਖਿਆ ਹੁੰਦਾ ਥੱਲੇ ਸਪੋਂਸਰ ਨੇ ਅਗਲੇ, ਤਾਂ ਤੁਸੀਂ ਕੀ ਦਿੰਦੇ ਹੋ? ਇਹੀ ਜਿਹੜੇ ਮੇਰੇ ਜੀ ਮੇਰੇ ਖਿਡਾਰੀ ਖੇਡ ਰਹੇ ਪੰਜਾਬ ਦੇ, ਇਹ ਉਹੀ ਖਿਡਾਰੀ ਨੇ ਮਾਨ ਸਾਹਿਬ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ, ਯਾਦ ਹੈ ਤੁਹਾਨੂੰ? ਤੁਹਾਡੀ ਸਰਕਾਰ 'ਚ, ਤੁਹਾਡੀ ਹੀ ਸਰਕਾਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਡੀ ਜੌਬ ਕਿੱਥੇ ਆ ਓਲੰਪਿਕ 'ਚ ਤਗਮਾ ਜਿੱਤਣ ਤੋਂ ਬਾਅਦ, ਇਹੀ ਖਿਡਾਰੀ ਸਨ, ਯਾਦ ਹੈ ਤੁਹਾਨੂੰ? ਇਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਸੀ, ਅਤੇ ਫਿਰ ਬਾਅਦ 'ਚ ਤੁਸੀਂ ਇਹਨਾਂ ਦੇ ਹੱਕ ਦਿੱਤੇ ਸੀਗੇ, ਇਹਨਾਂ ਦੀਆਂ ਜੌਬਾਂ ਵਾਲਾ ਕੰਮ ਹੀ ਲਟਕਿਆ ਪਿਆ ਸੀਗਾ। ਤਾਂ ਗੱਲ ਇਹ ਆ ਕਿ ਇਹ ਹੁਣ ਜਿਹੜਾ ਕਲੇਮ ਕਰ ਰਹੇ ਆ ਕਿ ਮੈਂ ਪਹਿਲੇ ਮੈਚ ਤੋਂ ਬਾਅਦ ਅਪਲਾਈ ਕੀਤਾ, ਨਹੀਂ, ਰੈਡਿਫ, HT, ਬਿਜ਼ਨਸ ਸਟੈਂਡਰਡਸ, ਦਾ ਹਿੰਦੂ, ਜਿੰਨੇ ਮਰਜ਼ੀ ਅਖਬਾਰ ਕੰਗਾਲੂ, ਸਾਰਿਆਂ 'ਚ ਖਬਰ ਲੱਗੀ ਹੈ PTI ਹੈ, ਪ੍ਰੈਸ ਟਰੱਸਟ ਆਫ ਇੰਡੀਆ, ਮਾਊਥ ਪੀਸ ਹੈ ਮੋਦੀ ਗੌਰਮੈਂਟ ਦਾ। ਮੋਦੀ ਗੌਰਮੈਂਟ ਨੇ ਜਿਹੜਾ ਜਵਾਬ ਦਿੱਤਾ ਹੈ ਉਹ PTI ਦੇ ਜ਼ਰੀਏ ਦਿੱਤਾ ਹੈ ਕਿ ਮਾਨ ਆਫਿਸ ਨੇ ਸਾਨੂੰ
ਸ਼ੁੱਕਰਵਾਰ ਸੂਚਿਤ ਕੀਤਾ ਹੈ, ਮਤਲਬ ਕਿ ਖਬਰ ਪਹਿਲਾਂ ਲਵਾ ਕੇ ਕਿ ਜੀ ਅਸੀਂ ਇਜਾਜ਼ਤ ਲਈ ਹੈ, ਇਹ ਸੂਚਿਤ ਕਰਦੇ ਆ ਸ਼ੁੱਕਰਵਾਰ। ਮੈਂ ਹੁਣੇ ਹੀ, ਮੇਰੇ ਕੋਲ ਰੈਡ ਐਫ ਦੀ ਖਬਰ ਹਾਲੇ ਵੀ ਖੁੱਲੀ ਪਈ ਆ, ਹਾਲੇ ਵੀ ਰੈਡ ਐਫ ਨੇ ਲਾਈ ਹੋਈ ਆ, ਦੱਸਿਆ ਕਿ ਜਿਹੜਾ ਵਿਦੇਸ਼ ਮੰਤਰਾਲਾ ਉਹਨਾਂ ਦੇ ਜਿਹੜੇ ਆਫੀਸ਼ਲਸ ਨੇ, ਉਹ ਜਿਹੜੇ ਸੋਰਸਿਸ ਨੇ, ਉਹ ਦੱਸ ਰਹੇ ਕਿ ਇਹਨਾਂ ਨੇ ਸ਼ੁੱਕਰਵਾਰ ਕਿਹਾ। ਇਹ ਹੈਗੇ ਨੇ, ਉਹ ਕਹਿੰਦੇ ਜੀ ਜੈਡ ਸਿਕਿਉਰਿਟੀ ਵਾਲੇ ਪ੍ਰੋਟੈਕਟੀ ਨੇ, ਇਹਨਾਂ ਨੂੰ ਥ੍ਰੈਟ ਹੈ, ਉੱਥੇ ਉੱਥੇ ਬਹੁਤ ਕਰਾਊਡ ਹੈ, ਹਰੇਕ ਤਰ੍ਹਾਂ ਦੀ ਉੱਥੇ ਕਹਿ ਲਓ ਕਿ ਆਡੀਅੰਸ ਆਈ ਪਈ ਆ। ਵੈਸੇ ਵੀ ਤੁਹਾਨੂੰ ਪਤਾ ਹੀ ਆ ਨਾ, ਤੁਹਾਨੂੰ ਪਤਾ ਹੀ ਆ ਕਿ ਮਾਨ ਸਾਹਿਬ ਦੇ ਖਿਲਾਫ ਕਿੰਨੇ ਲੋਕ ਹੈਗੇ ਆ ਜਿਹੜੇ ਬਾਹਰ ਬੈਠੇ, ਖਾਸ ਤੌਰ 'ਤੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਲਾ ਲਓ, ਖਫਾ ਨੇ, ਹੋਰ ਵੀ ਕਈ ਇਸ ਤਰ੍ਹਾਂ ਦੇ ਥ੍ਰੈਟ ਹੋਣਗੇ। ਉਹ ਕਹਿੰਦੇ ਕਿ ਜੈਡ ਪਲੱਸ ਦੇ ਪ੍ਰੋਟੈਕਟੀ ਨੇ, ਹੁਣ ਅਸੀਂ ਇੱਥੇ ਤਾਂ ਚਲੋ ਪ੍ਰਬੰਧ ਕਰ ਸਕਦੇ ਹਾਂ, ਖੜ੍ਹੇ ਪੈਰ ਉੱਥੇ ਇਹਨਾਂ ਦੀ ਸਿਕਿਉਰਿਟੀ ਦਾ ਪ੍ਰਬੰਧ ਕੀ ਕਰੀਏ, ਨਾਲੇ ਆਪਦੇ ਘਰ ਦੇ ਲਿਜਾਣਾ ਚਾਹੁੰਦੇ ਆ। ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਇਹਨਾਂ ਨੇ ਆਪਦੀ ਘਰ ਦੀ ਨੂੰ ਲਿਜਾਣਾ, ਨਾ ਇਹਨਾਂ ਨੇ ਕਹਿ ਦਿੱਤਾ ਕਿ ਹਾਂਜੀ ਮੇਰੀ ਘਰ ਦੀ ਜਾਊਗੀ, ਇੱਕ ਦੋ ਅਫਸਰ ਵੀ ਜਾਣਗੇ ਨਾਲ, ਉੱਥੇ ਜਾਣਾ ਹੀ ਆ। ਸੋ ਕਹਿਣ ਦਾ ਮਤਲਬ ਇਹ ਹੋਇਆ ਕਿ ਜਨਾਬ ਉਹ ਕਹਿ ਰਹੇ ਆ ਕਿ ਜੀ ਇਹਨਾਂ ਨੇ ਸਾਨੂੰ ਸ਼ੁੱਕਰਵਾਰ ਸੂਚਿਤ ਕੀਤਾ, ਪੀਟੀਆਈ ਨੇ ਜਿਹੜੀ ਖਬਰ, ਪੀਟੀਆਈ ਦਾ ਮਤਲਬ ਪ੍ਰੈਸ ਟਰੱਸਟ ਆਫ ਇੰਡੀਆ, ਮਤਲਬ ਕਿ ਮੋਦੀ ਸਰਕਾਰ ਦਾ ਟਰੱਸਟ, ਉਹ ਜਦੋਂ ਵੀ ਇਸ ਤਰ੍ਹਾਂ ਦੀ ਖਬਰ ਲਵਾਉਂਦੇ ਆ, ਉਹਨਾਂ ਨੇ ਜਦੋਂ ਕੋਈ ਇੱਦਾਂ ਇਨਡਾਇਰੈਕਟਲੀ ਗੱਲ ਕਹਿਣੀ ਹੋਵੇ ਤਾਂ ਪੀਟੀਆਈ ਦੇ ਹਵਾਲੇ ਨਾਲ ਹੀ ਜਾਂਦੀ ਆ। ਸੋ ਆਹ ਹੈ ਮਸਲਾ। ਇਹ ਕਹਿ ਰਹੇ ਨੇ ਕਿ ਜੀ ਮੈਂ ਪਹਿਲੇ ਮੈਚ ਤੋਂ ਬਾਅਦ ਹੀ ਕਹਿ ਦਿੱਤਾ, ਉਹ ਕਹਿੰਦੇ ਜੀ ਸ਼ੁੱਕਰਵਾਰ ਸਾਨੂੰ ਸੂਚਿਤ ਕੀਤਾ, ਇਹਨਾਂ ਨੂੰ ਥ੍ਰੈਟ ਹੈ, ਜੈੱਡ ਪਲੱਸ ਪ੍ਰੋਟੈਕਟੀ ਨੇ ਇਹ, ਇਹਨਾਂ ਦੀ ਸਿਕਿਉਰਿਟੀ ਦਾ ਖੜ੍ਹੇ ਪੈਰ ਅਸੀਂ ਇੰਤਜ਼ਾਮ ਨਹੀਂ ਕਰ ਸਕਦੇ। ਅਤੇ ਉੱਥੇ ਮੁੜ ਕੇ ਕਿਤੇ ਕਿਸੇ ਨੇ ਚੱਪਲ ਚੁੱਪਲ ਮਾਰ ਦਿੱਤੀ, ਮੁੜ ਕੇ ਕੀ ਕਰੋਗੇ? ਫਿਰ ਤੁਸੀਂ ਕਹਿਣਾ ਕਿ ਯਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਨਾਲ ਆਹ ਜ਼ੁਲਮ ਹੋ ਗਿਆ, ਇਹ ਕੀ ਕਰਦਾ, ਫਲਾਣੇ ਨੇ ਕਰਵਾ ਦਿੱਤਾ, ਆਰਐਸਐਸ ਨੇ ਕਰਵਾ ਦਿੱਤਾ, ਖਾਲਿਸਤਾਨੀਆਂ ਨੇ ਕਰਵਾ ਦਿੱਤਾ। ਸੋ ਗੱਲ ਇਹ ਹੈ ਕਿ ਜੇ ਤੁਸੀਂ ਇਸ ਤਰ੍ਹਾਂ ਜਾਣਾ ਸੀਗਾ ਨਾ, ਹਸੂਰ ਜਾਣਾ ਸੀਗਾ, ਤਾਂ ਸ਼ਡਿਊਲ ਜਦੋਂ ਦਾ ਆ ਗਿਆ ਸੀ ਉਦੋਂ ਆਪਣਾ ਸ਼ਡਿਊਲ ਤੁਸੀਂ ਦਿੰਦੇ। ਹਾਂ, ਸੰਧਵਾਂ ਸਾਹਿਬ ਨੂੰ ਜੋ ਰੋਕਿਆ ਗਿਆ, ਮੈਂ ਉਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ, ਸੰਧਵਾਂ ਸਾਹਿਬ ਨੂੰ ਰੋਕਣਾ ਗਲਤ ਹੈ। ਮੈਂ ਉਹਦੀ ਕਹਿ ਲਓ ਕਿ ਠੋਕ ਕੇ ਨਿੰਦਿਆ ਕਰਦਾ, ਕਿਉਂ? ਕਿਉਂਕਿ ਉਹ ਸਪੀਕਰ ਨੇ, ਔਰ ਜਿਹੜਾ ਉਹਨਾਂ ਦਾ ਜਾਣਾ ਹੈ ਉਹਦੇ ਕਾਰਨ ਵੀ ਸਪਸ਼ਟ ਨੇ ਕਿ ਉੱਥੇ ਨੌਰਥ ਅਮੈਰੀਕਾ ਦੇ ਵਿੱਚ ਇੱਕ ਵੱਡਾ ਸਮਾਗਮ ਹੈ, ਜਿਹੜੇ ਆਪਣੇ ਹੁੰਦੇ ਆ ਵਿਧਾਨਕਾਰ ਇਹਨਾਂ ਦਾ, ਤਾਂ ਇਹਨਾਂ ਦਾ ਜਾਣਾ ਬਣਦਾ ਹੈ ਕਿਉਂਕਿ ਸਾਡੇ ਹਾਊਸ ਦੇ ਕਸਟੋਡੀਅਨ ਨੇ। ਪਰ ਵੈਸੇ ਤੁਹਾਨੂੰ ਪਤਾ ਹੀ ਆ ਇਹਨਾਂ ਨੂੰ ਇੱਕ ਵਾਰੀ ਕੈਨੇਡਾ 'ਚ ਵੀ ਰੋਕ ਲਿਆ ਗਿਆ ਸੀਗਾ। ਤਾਂ ਬਿਲਕੁਲ ਸੰਧਵਾਂ ਸਾਹਿਬ ਨੂੰ ਰੋਕਣਾ ਉਹਦਾ ਮੰਨਦੇ ਹਾਂ, ਉਹ ਮੋਦੀ ਸਰਕਾਰ ਬਹੁਤ ਗਲਤ ਕਰ ਰਹੀ ਹੈ, ਪਰ ਮੇਰੇ ਖਿਆਲ ਦੇ ਨਾਲ ਆ ਮਾਨ ਸਾਹਿਬ ਵਾਲੇ, ਮਾਨ ਸਾਹਿਬ ਤਾਂ ਠੀਕ ਆ, ਅਸੀਂ ਮਾਨ ਸਾਹਿਬ ਨਾਲ ਵੀ ਖੜਦੇ, ਪਰ ਕਿਉਂਕਿ ਇਹ ਔਨ ਦਾ ਰੈਕੋਰਡ ਬਹੁਤ ਵਾਰੀ ਝੂਠੇ ਪੈ ਚੁੱਕੇ ਆ, ਇਸ ਕਰਕੇ ਇਹਨਾਂ ਦੀ ਗੱਲ 'ਤੇ ਇੱਕ ਤਰਫਾ ਯਕੀਨ ਕਰ ਲਈਏ। ਸੋ ਮੈਂ ਤਾਂ ਹੀ ਕਿਹਾ ਮੈਂ ਆਪਦੀ ਆਡੀਅੰਸ ਨੂੰ ਜੜ ਤੱਕ ਲੈ ਕੇ ਜਾਂਦਾ, ਮੇਰਾ ਯਤਨ ਇਹੀ ਹੁੰਦਾ, ਠੀਕ ਹੈ ਨਾ ਜੀ। ਜਿੱਦਣ ਇਹ ਕਾਗਜ਼ੀ ਪੱਤਰੀ ਸਾਬਤ ਕਰ ਦੇਣ, ਆਹ ਹੁਣੇ ਟਵੀਟ ਕਰ ਦੇਣ, ਮੈਂ ਹੁਣੇ ਉਸ ਤੋਂ ਬਾਅਦ ਮਾਨ ਸਾਹਿਬ ਦੀ ਸਪੋਰਟ 'ਚ ਖੜਾ ਹੋਊਂਗਾ, ਹੁਣੇ ਹੀ ਇਹ ਸਾਬਤ ਕਰ ਦੇਣ ਕਿ ਇਹਨਾਂ ਨੇ ਇੰਨੇ ਦਿਨ ਪਹਿਲਾਂ ਅਪਲਾਈ ਕੀਤਾ ਸੀ, ਹੁਣੇ ਹੀ ਦੱਸ ਦੇਣ।